ਸਾਡੇ ਨਾਲ ਅੱਜ ਆਏ ਹੋਏ ਨੇ ਪ੍ਰਿਤਿਸ਼ ਨਰੂਲਾ ਖੱਪ ਪੈ ਰਹੀ ਹੈ ਪੂਰੀ ਪ੍ਰਿਤਿਸ਼ ਅੱਗੇ ਵਧਣ ਤੋਂ ਪਹਿਲਾਂ ਹਾਂਜੀ ਮੇਰੇ ਨਾਲ ਦੋ ਚਾਰ ਸਵਾਲ ਹੈ ਅੱਛਾ ਜਿੰਨਾ ਤੇ ਮੈਂ ਤੁਹਾਡਾ ਪੁਆਇੰਟ ਆਫ ਵਿਊ ਤੁਹਾਡਾ ਕਮੈਂਟ ਜਾਣਨਾ ਚਾਹੁੰਦਾ ਕਿ ਤੁਸੀਂ ਇੱਥੇ ਕੀ ਕਮੈਂਟ ਕਰਨਾ ਚਾਹੁੰਦੇ ਹੋ ਪੁੱਛੋ ਵੀਰੇ ਮੈਂ ਸੁਣਿਆ ਕਿ ਤੁਹਾਡੀ ਵਾਈਫ ਨੇ ਤੁਹਾਨੂੰ ਇਸ ਗੱਲੋਂ ਮਹੀਨਾ ਨਹੀਂ ਬੁਲਾਇਆ ਕਿ ਤੁਸੀਂ ਉਹਨਾਂ ਦਾ ਚਾਰਜਰ ਲਾ ਕੇ ਆਪਣਾ ਲਾ ਲਿਆ ਵੀਰੇ ਤਾਂ ਮੇਰੀ ਵਾਈਫ ਨੂੰ ਲੱਗਦਾ ਸੀ ਉਹਨੇ ਪਨਿਸ਼ਮੈਂਟ ਦਿੱਤੀ ਹੈ ਆਪਾਂ ਮੌਜਾਂ ਉਡਾਈਆਂ ਮਹੀਨਾ ਮਸਾਂ ਮਿਲਦੇ ਆ ਇਹੋ ਜਿਹੇ ਮੌਕੇ ਚੰਗਾ ਥੋੜ੍ਹੀ ਲੱਗਦਾ ਇੱਕੋ ਘਰ 'ਚ ਰਹਿ ਕੇ ਤੁਸੀਂ ਇੱਕ ਦੂਜੇ ਨਾਲ ਗੱਲ ਨਹੀਂ ਕਰ ਰਹੇ ਵੀਰੇ ਮੇਰੀ ਵਾਈਫ ਗੁਜਰਾਤੀ ਆ ਅਸੀਂ ਪੰਜਾਬੀ ਹਾਂ ਉਹ ਤਾਂ ਵੈਸੇ ਵੀ ਗੱਲ ਨਹੀਂ ਹੋ ਰਹੀ ਆਪਸ 'ਚ ਕਮੈਂਟ ਬਾਜੀ ਤਾਂ ਦੇਖੋ ਤੁਸੀਂ ਬਹੁਤ ਵਧੀਆ ਕਰ ਲੈਂਦੇ ਹਾਂਜੀ ਪਰ ਸਾਡਾ ਹੁਣ ਜਿਹੜਾ ਅਗਲਾ ਰਾਊਂਡ ਹੈ ਉਸ 'ਤੇ ਦੇਖਦੇ ਹਾਂ ਤੁਹਾਡੇ ਕਿੱਦਾਂ ਦੇ ਕਮੈਂਟ ਹੋਣਗੇ ਕਿਉਂਕਿ ਉਹਦਾ ਨਾਮ ਹੀ ਹੈ ਕਮੈਂਟ ਅਤੇ ਕਮੈਂਟ ਉਹਦੇ 'ਚ ਕਰਨਾ ਕੀ ਹੈ ਪਹਿਲਾਂ ਮੈਂ ਤੁਹਾਨੂੰ ਉਹ ਸਮਝਾ ਦਾਂ ਮੇਰੇ ਕੋਲ ਕੁਛ ਸੈਲੀਬ੍ਰਿਟੀਜ਼ ਦੀਆਂ ਫੋਟੋਆਂ ਨੇ ਠੀਕ ਹੈ ਪੰਜਾਬੀ ਇੰਡਸਟਰੀ ਦੇ ਠੀਕ ਹੈ ਤੁਹਾਡੇ ਕੋਲ ਕੁਛ ਕਮੈਂਟਸ ਨੇ ਹਾਂਜੀ ਮੈਂ ਇੱਥੋਂ ਇੱਕ ਫੋਟੋ ਚੱਕਾਂਗਾ ਤੁਸੀਂ ਉੱਥੋਂ ਬਿਨਾਂ ਦੇਖੇ ਰੈਂਡਮਲੀ ਇੱਕ ਕਮੈਂਟ ਚੱਕੋਗੇ ਓਕੇ ਫਿਰ ਉਹਨਾਂ ਦੋਨਾਂ ਨੂੰ ਆਪਾਂ ਮੈਚ ਕਰਾਂਗੇ ਜੇ ਵਧੀਆ ਤੇ ਉਹਦਾ ਕ੍ਰੈਡਿਟ ਖਾਣਾ ਓ ਠੀਕ ਹੈ ਜੇ ਮਾੜਾ ਹੈ ਤੇ ਉਹਨੂੰ ਕਵਰ ਕਰਨਾ ਨਹੀਂ ਕ੍ਰੈਡਿਟ ਤਾਂ ਆਪਾਂ ਇਦਾਂ ਹੀ ਖਾਲਾਂਗੇ ਕੋਈ ਗੱਲ ਨਹੀਂ ਕ੍ਰੈਡਿਟ ਦੀ ਕੋਈ ਗੱਲ ਨਹੀਂ ਸਾਡੇ ਪਹਿਲੇ ਸੈਲੀਬ੍ਰਿਟੀ ਨੇ ਬੀ ਪ੍ਰਾਕ ਤੇ ਬੀ ਪ੍ਰਾਕ ਹੋਇਆ ਕੋਹਿਨੂਰ ਕੋਹਿਨੂਰ ਕੀ ਬਾਤ ਹੁਣ ਦੱਸੋ ਕਿਉਂ ਬੀ ਪ੍ਰਾਕ ਕੋਹਿਨੂਰ ਹੈ ਭਰਾ ਬੀ ਪ੍ਰਾਕ ਨੇ ਆਪਣੇ ਮਿਊਜ਼ਿਕ ਨੂੰ ਪੂਰੀ ਦੁਨੀਆ 'ਚ ਫੇਮਸ ਕਰਤਾ ਬਾਕੀ ਸ਼ਕਲ ਵੀ ਕੋਹਿਨੂਰ ਵਰਗੀ ਹੈ ਵਾਲ ਹੈ ਨਹੀਂ ਭਰਾ ਦੇ ਐਨ ਕੋਹਿਨੂਰ ਵਰਗਾ ਸਾਫ ਸਾਫ ਐਨ ਸਫਾ ਚੱਟ ਹੀਰਾ ਪੂਰਾ ਹੀਰਾ ਮੁੰਡਾ ਕਿਆ ਬਾਤ ਬੋਹੀਮੀਆ ਬੋਹੀਮੀਆ ਹੋਇਆ ਚੰਗਾ ਚੰਗਾ ਚੰਗੇ ਤੋਂ ਤਾਂ ਬੋਹੀਮੀਆ ਬਹੁਤ ਵਧੀਆ ਭਰਾ ਹੈ ਨਾ ਬੋਹੀਮੀਆ ਪਹਿਲਾ ਰੈਪ ਆਰਟਿਸਟ ਸੀਗਾ ਇੰਡੀਆ ਤੋਂ ਇੰਨਾ ਫੇਮਸ ਇੰਨਾ ਵਧੀਆ ਪੂਰੀ ਦੁਨੀਆ 'ਚ ਨਾਂ ਕਰਿਆ ਨੇ ਆਂਦਾ ਮੈਨੂੰ ਆਪ ਤੇ ਯਕੀਨ ਕਿ ਮੈਂ ਜਦੋਂ ਦੀ ਦਿਨਾਂ ਲਈ ਕਦੀ ਇੰਡਸਟਰੀ ਨੂੰ ਗਾਲੀ ਕੱਢੀ ਉਸ ਦਿਨ ਮੈਨੂੰ ਇਸ ਤਰ੍ਹਾਂ ਚੜ ਗਿਆ ਹਾਂ ਇੱਕ ਬੋਹੀਮੀਆ ਆਪਣੇ ਹਰ ਰੈਪ 'ਚ ਇਹ ਜ਼ਰੂਰ ਦੱਸ ਦਿੰਦਾ ਵੀ ਮੈਂ ਹੀ ਰੈਪ ਸ਼ੁਰੂ ਕੀਤਾ ਮੈਂ ਹੀ ਰੈਪ ਸ਼ੁਰੂ ਕੀਤਾ ਉਹ ਦੱਸਣਾ ਜ਼ਰੂਰੀ ਹੈ ਇਹ ਗੱਲ ਚੰਗੀ ਹੈ ਇਹ ਗੱਲ ਬਹੁਤ ਚੰਗੀ ਹੈ ਉਹਦੀ ਨਿੰਜਾ ਨਿੰਜਾ ਹੋਇਆ ਭਾਜੀ ਥੋੜ੍ਹਾ ਜ਼ੋਰ ਹੋਰ ਲਾਓ ਭਾਜੀ ਇੱਕ ਤਾਂ ਪਹਿਲਾਂ ਹੀ ਮੇਰੇ ਤੇ ਜਿੰਨਾ ਜ਼ੋਰ ਲਾ ਕੇ ਬੋਲਦੇ ਆ ਗਾਣਾ ਗਾਉਂਦੇ ਆ ਹਾਂਜੀ ਨਾ ਜਿਹੜੀ ਇਹ ਕੇ ਲਾਉਂਦੇ ਆ ਕੋਈ ਗੱਲ ਨਹੀਂ ਭਾਜੀ ਜ਼ੋਰ ਲੱਗਿਆ ਹੋਇਆ ਤੁਹਾਡਾ ਕੋਈ ਗੱਲ ਨਹੀਂ ਤੁਸੀਂ ਲੱਗੇ ਰਹੋ ਬਸ ਬਿਲਕੁਲ ਜ਼ੋਰ ਨਾਲ ਲੱਗੇ ਰਹੋ ਤੁਹਾਡਾ ਫੁੱਲ ਜ਼ੋਰ ਲੱਗਾ ਹੋਇਆ ਜੀ ਜੱਸਾ ਜੱਸਾ ਢਿੱਲੋਂ ਜੁਗਾੜੀ ਤੁਸੀਂ ਸਿਲੈਕਟ ਕਿੱਥੋਂ ਕੀਤੇ ਕਮੈਂਟ ਆਪਾਂ ਤਾਂ ਤੁਹਾਨੂੰ ਰੈਂਡਮ ਦਿੱਤੇ ਆ ਇਹ ਤੁਸੀਂ ਚੁੱਕ ਚੁੱਕ ਕੇ ਦਿਖਾ ਰਹੇ ਹੋ ਹਾਂ ਗਲਤੀ ਮੇਰੀ ਹੋ ਆ ਕਰੋ ਹੁਣ ਕਮੈਂਟ ਜੱਸਾ ਜੁਗਾੜੀ ਤਾਂ ਬਹੁਤ ਹੈ ਇਹਦਾ ਵਧੀਆ ਗਾਣਾ ਜਿਹੜਾ ਮੈਨੂੰ ਬਹੁਤ ਲੱਗਦਾ ਟਲ ਜਾ ਟਲ ਜਾ ਹੈ ਉਹਦੇ 'ਚ ਵੀ ਇਹਨੇ ਇਹੀ ਦਿਖਾਇਆ ਵੀ ਮੈਂ ਜੁਗਾੜੀ ਕਿੰਨਾ ਹੈ ਨਾ ਕੁੜੀ ਫਸਾਉਣ ਦੇ ਚੱਕਰ 'ਚ ਕੁੜੀ ਫਸਾਉਣ ਦੇ ਚੱਕਰ 'ਚ ਮੁੰਡੇ ਨੂੰ ਪੈਸੇ ਦੇ ਦੇ ਕਟਾਈ ਜਾਂਦਾ ਜੁਗਾੜੀ ਤਾਂ ਗਾਣੇ 'ਚ ਜੁਗਾੜੀ ਜੁਗਾੜੀ ਬਹੁਤ ਗਾਣੇ 'ਚ ਜੁਗਾੜੀ ਦੀ ਐਕਟਿੰਗ ਕੀਤੀ ਹੈ ਪੂਰਾ ਪੂਰਾ ਕਿਆ ਕਵਰ ਮੈਂ ਵੀ ਕੀਤਾ ਸਾਡੇ ਨੈਕਸਟ ਸੈਲੀਬ੍ਰਿਟੀ ਨੇ ਹਰਭਜਨ ਮਾਨ ਲੇਟ ਲਤੀਫ ਓਹ ਮੈਨੂੰ ਲੱਗਦਾ ਭਾਜੀ ਨੇ ਨਾ ਪਹਿਲੀ ਦੋ ਪਿਕਚਰਾਂ ਕਰਕੇ ਨਾ ਚਾਰ ਪਿਕਚਰਾਂ ਕਰਕੇ ਉਸ ਤੋਂ ਬਾਅਦ ਅਗਲੀ ਪਿਕਚਰ ਬਹੁਤ ਲੇਟ ਕੱਢੀ ਆ ਮੇਰੇ ਪੂਰੇ ਫੇਵਰੇਟ ਸੀਗੇ ਭਾਜੀ ਤੇ ਇਹਨਾਂ ਨੇ ਪਿਕਚਰ ਬਹੁਤ ਲੇਟ ਕੱਢੀ ਆ ਬਟ ਇਹਨਾਂ ਨੇ ਗਾਹ ਪਾਤਾ ਪੂਰਾ ਇੱਕ ਵਾਰ ਮਾਨ ਸਾਹਿਬ ਲਈ ਤਾਲੀਆਂ ਵਜਾ ਦਿਓ ਇੱਕ ਵਾਰ ਬਿਲਕੁਲ ਕਿਆ ਕਵਰ ਕੀਤਾ ਤੁਸੀਂ ਤਾਲੀ ਵੀ ਤਾਂ ਤੁਹਾਡੀ ਲਾਸਟ ਸੈਲੀਬ੍ਰਿਟੀ ਵਨ ਆਫ ਮਾਈ ਫੇਵਰੇਟਸ ਐਵਰੀਬਾਡੀਜ਼ ਫੇਵਰੇਟ ਹਾਂਜੀ ਅਮਰਿੰਦਰ ਗਿੱਲ ਅਮਰਿੰਦਰ ਗਿੱਲ ਰੀਸ ਨਹੀਂ ਕੋਈ ਕਿਆ ਬਾਤ ਇਹ ਤਾਂ ਰੀਸ ਹੈ ਵੀ ਨਹੀਂ ਕੋਈ ਸਹੀ ਗੱਲ ਹੈ ਬਹੁਤ ਬੀਬਾ ਬੱਚਾ ਇਹ ਤੇ ਇਹਨਾਂ ਦੇ ਗਾਣੇ ਸੁਣ ਸੁਣ ਕੇ ਅਸੀਂ ਵੱਡੇ ਹੋਏ ਹਾਂ ਵੈਸੇ ਚਿੱਟੀ ਦਾੜੀ ਨਾਲ ਕਹਿੰਦੇ ਚੰਗੇ ਤਾਂ ਨਹੀਂ ਲੱਗਦੇ ਇਹ ਗੱਲ ਪਰ ਭਾਜੀ ਉਹਨਾਂ ਦੇ ਬਹੁਤ ਸਾਨੂੰ ਤਾਂ ਬਹੁਤ ਪਸੰਦ ਆ ਸਾਰੇ ਗਾਣੇ ਬਹੁਤ ਪਸੰਦ ਆ ਤੇ ਸਪੈਸ਼ਲੀ ਉਹ ਬੜਾ ਸਮਝਾਇਆ ਸਮਝ ਨਾ ਆਇਆ ਕਰਦਾ ਹੈ ਦਿਲਦਾਰੀਆਂ ਦਿਲਦਾਰੀਆਂ ਗਾਣੇ ਨੇ ਆਈ ਥਿੰਕ ਇੱਕ ਗੇਮ ਚੇਂਜਰ ਗਾਣਾ ਸੀ ਇਹਨਾਂ ਵਾਸਤੇ ਵੀ ਅੱਛਾ ਅੱਗੇ ਵਧਣ ਤੋਂ ਪਹਿਲਾਂ ਹਾਂਜੀ ਹੁਣ ਨਾ ਇੱਕ ਚੀਜ਼ ਕਰਾਂਗੇ ਆਪਾਂ ਇਹ ਤੁਹਾਡੇ ਸਾਰੇ ਕਮੈਂਟ ਨੇ ਠੀਕ ਆ ਇਹਨਾਂ 'ਚੋਂ ਤੁਸੀਂ ਤਿੰਨ ਕਮੈਂਟ ਚੱਕਣੇ ਆ ਰੈਂਡਮ ਠੀਕ ਹੈ ਤੇ ਉਹਨਾਂ ਤੇ ਕਹਾਣੀ ਬਣਾਉਣੀ ਹੈ ਕਹਾਣੀ ਬਣਾਉਣੀ ਹੈ ਇੱਕ ਕਮੈਂਟ ਮੈਂ ਚੱਕਾਂਗਾ ਤੇ ਮੈਂ ਉਸ ਕਮੈਂਟ ਮੈਂ ਦੱਸਾਂਗਾ ਕਿ ਤੁਹਾਡੀ ਕਹਾਣੀ ਕਿੱਦਾਂ ਦੀ ਹੈ ਅੱਛਾ ਠੀਕ ਹੈ ਠੀਕ ਹੈ ਤਿੰਨ ਕਮੈਂਟ ਚੱਕੋ ਠੀਕ ਬਿਨਾਂ ਦਿਖਾਏ ਥੱਲੇ ਰੱਖੋ ਹਾਂਜੀ ਹੁਣ ਤੁਸੀਂ ਤਿੰਨੋਂ ਕਮੈਂਟ ਦਿਖਾਣੇ ਆ ਜੁਗਾੜੀ ਹਵਾਬਾਜੀ ਤੇ ਜ਼ੋਰਦਾਰ ਬਹੁਤ ਵੱਡੀ ਵਧੀਆ ਕਮੈਂਟ ਆਇਆ ਤੁਸੀਂ ਫਸਾ ਲਿਆ ਬੰਦਾ ਹੈ ਹੁਣ ਤੁਸੀਂ ਇੱਥੇ ਕਹਾਣੀ ਬਣਾਓ ਅਸੀਂ ਇੱਕ ਵਾਰ ਨਾ ਮੁੰਡੇ ਖਾਂਡੇ ਰਹਿੰਦੇ ਹੁੰਦੇ ਸੀ ਅਤੇ ਅਸੀਂ ਵਿਆਹ 'ਚ ਵੜ ਜਾਣਾ ਕਿਸੇ ਦੇ ਵੀ ਰੋਟੀ ਰੋਟੀ ਖਾਣ ਹੈ ਦੱਸਣਾ ਨਹੀਂ
ਤੇ ਹਵਾਬਾਜ਼ੀ ਦੇ ਚੱਕਰ 'ਚ ਨਾ ਪੂਰੇ ਸੂਟ ਸਾਟ ਪਾ ਕੇ ਜਾਣਾ ਟ੍ਰਿਪਲੀ ਮਾਰ ਕੇ ਸਕੂਟਰ 'ਤੇ। ਇੱਕ ਵਾਰ ਵਿਆਹ 'ਚ ਚਲੇ ਗਏ ਇੱਦਾਂ ਹੀ ਅਤੇ ਜਗਾੜੀ ਪੂਰੇ ਸੀਗੇ ਆਪਾਂ ਅਤੇ ਆਪਾਂ ਨਾ ਸਕੀਮ ਪਾ ਲਈ ਆਪਸ 'ਚ ਵੀ ਇੱਕ ਮੁੰਡੇ ਨੂੰ ਕਹਿਤਾ ਵੀ ਅਤਰੀ ਹੈਗਾ ਸਾਡੇ ਨਾਲ ਦਾ ਉਹਨੂੰ ਕਹਿਤਾ ਵੀ ਅਤਰੀ ਵਿਆਹ 'ਚ ਜਾ ਕੇ ਨਾ ਜੇ ਕੋਈ ਨੇੜੇ ਤੇੜੇ ਆ ਜਾਵੇ ਨਾ ਤੂੰ ਜ਼ੋਰ ਦੀ ਕਹਿਣਾ ਭਾਅ ਜੀ ਤੁਹਾਡਾ 3 ਕਰੋੜ ਦਾ ਨੁਕਸਾਨ ਹੋ ਗਿਆ ਸਟਾਕ ਮਾਰਕੀਟ 'ਚ। ਵੀ ਉਹਨਾਂ ਨੂੰ ਇੱਦਾਂ ਲੱਗੇ ਵੀ ਬੜੇ ਅਮੀਰ ਜੀਵਨ ਹੀ ਰਹਿ ਉਹ ਵਿਚਾਰਾ ਇੰਨਾ ਘਬਰਾ ਗਿਆ ਉਹ ਰਿਸ਼ਤੇਦਾਰ ਨੇੜੇ ਤੇੜੇ ਆਏ ਸਾਰੇ ਅਤੇ ਉਹਨਾਂ ਮੂਹਰੇ ਕਹਿੰਦਾ ਭਾਅ ਜੀ ਤੁਹਾਡਾ 3000 ਕਰੋੜ ਦਾ ਨੁਕਸਾਨ ਹੋ ਗਿਆ ਉਹ ਸਾਨੂੰ ਕਹਿੰਦੇ ਭਾਅ ਜੀ ਕੁੱਟ ਖਾ ਕੇ ਜਾਓਗੇ ਇੱਦਾਂ ਹੀ ਚੱਲ ਜੂਗੇ ਵਿਆਹ ਤੋਂ 3000 ਕਰੋੜ ਦਾ ਨੁਕਸਾਨ ਕਹਿ ਕੇ ਬਾਹਰ ਆਏ ਅਤੇ ਅਸੀਂ ਸਕੂਟਰ ਨੂੰ ਪੰਚਰ ਲਾ ਚੱਪੜੀਆਂ ਬਦਲਦੇ ਚੱਪੜੀਆਂ ਬਦਲਦੇ ਸੀ ਬਸ ਇੱਦਾਂ ਹੀ ਲੰਘ ਜਾਂਦੀ ਹੈ। ਅਤੇ ਤੁਹਾਡੀ ਇਸ ਕਹਾਣੀ ਬਾਰੇ ਮੇਰਾ ਕਮੈਂਟ ਹੈ ਜੀ ਥੋੜਾ ਜ਼ੋਰ ਹੋਰ ਲਾਓ ਕਿਸ ਤੇ ਵਿਆਹ 'ਚ ਰੋਟੀ 'ਤੇ ਕਿਸ ਤੇ ਲਾਈਏ ਜ਼ੋਰ ਪੈਂਚਰ 'ਤੇ ਟਿਊਬ 'ਤੇ ਕਹਾਣੀ 'ਤੇ ਹਰ ਚੀਜ਼ 'ਤੇ ਜ਼ੋਰ ਲਾ ਰਿਹਾ ਲਾ ਰਿਹਾ।